ਜੇ ਆਜ਼ਾਦੀ ਦਾ ਅੰਦੋਲਨ ਹੋਇਆ ਤਾਂ ਪੰਜਾਬ ਤੋਂ ਸ਼ੁਰੂ ਹੋਇਆ ਜੀ, ਪੰਜਾਬ ਨੂੰ ਮੁੱਢ ਮੰਨਿਆ ਗਿਆ। ਕਰਤਾਰ ਸਿੰਘ ਸਰਾਭਾ, ਸੁਖਦੇਵ, ਸ਼ਹੀਦ ਭਗਤ ਸਿੰਘ, ਲਾਲਾ ਲਾਜਪਤ ਰਾਏ, ਕਿੰਨੀ ਗਦਰ ਲਹਿਰ ਚੱਲੀ, ਕੂਕਾ ਅੰਦੋਲਨ ਚੱਲਿਆ। ਸਰਕਾਰ ਉਹ ਕਹਿੰਦੀ ਵੀ ਜਿਹੜਾ ਅਸੀਂ ਬਾਹਰੋਂ ਸਮਾਨ ਮੰਗਾਉਂਦੇ ਹਾਂ ਉਹ ਤੁਸੀਂ ਇੱਥੇ ਪੈਦਾ ਕਰ ਲਓ। ਹੁਣ ਜਿਹੜੀ ਚੀਜ਼ ਦੀ ਲੋੜ ਹੀ ਨਹੀਂ, ਜੇ ਅਸੀਂ ਕਹੀਏ ਸਰਕਾਰ ਨੂੰ ਤੁਸੀਂ ਇਹਨੂੰ ਖਰੀਦੋ, ਤਾਂ ਸਰਕਾਰ ਕੀ ਕਰੇਗੀ? ਸਿੱਖਾਂ ਨੂੰ ਤਾਂ ਅੰਗਰੇਜ਼ ਡਿਵਾਈਡ ਕਰ ਗਏ। ਕਿਉਂ ਕਰਕੇ ਗਏ? ਪੰਜਾ ਸਾਹਿਬ, ਨਨਕਾਣਾ ਸਾਹਿਬ, ਸ਼੍ਰੀ ਕਰਤਾਰਪੁਰ ਸਾਹਿਬ ਉੱਧਰ ਛੱਡ ਗਏ, ਸ਼੍ਰੀ ਦਰਬਾਰ ਸਾਹਿਬ ਇੱਧਰ ਕਰਤਾ, ਵਿਚਕਾਰ ਲੀਖ ਮਾਰਤੀ। ਇਹ ਸਿੱਖ ਕੌਮ ਨੂੰ ਇੱਕ ਵੀ ਕਰ ਸਕਦੇ ਸੀ, ਕਿਉਂ ਵੱਖ ਕਰਕੇ ਗਏ? ਉਹ ਕਹਿੰਦੇ ਸਾਨੂੰ ਅਗਰ ਸਭ ਤੋਂ ਜ਼ਿਆਦਾ ਨੁਕਸਾਨ ਕੀਤਾ ਸਿੱਖਾਂ ਨੇ ਕੀਤਾ ਇਹਨਾਂ ਦੀ ਲੈਣ ਵਾਜੋ ਵਿੱਚ। ਅੱਛਾ ਮੈਨੂੰ ਇਹ ਦੱਸੋ, ਜੇ ਪੰਜਾਬ ਖੁਸ਼ਹਾਲ ਹੋ ਜਾਏ ਗੁੜਗਾਂ ਵਾਂਗੂ ਤਾਂ ਕਿਸਾਨ ਅੰਦੋਲਨ ਕਿਉਂ ਕਰਨਗੇ? ਮੈਨੂੰ ਦੱਸੋ, ਜਿਨ੍ਹਾਂ ਦੇ ਬੱਚੇ ਹੀ 5-5 ਲੱਖ 4-4 ਲੱਖ ਤਨਖਾਹ ਮਹੀਨੇ 'ਤੇ ਕੰਮ ਕਰਨਗੇ, ਉਹ ਕਿਸਾਨੀ ਲਈ ਅੰਦੋਲਨ ਕਰਨਗੇ ਵੀ? ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਕਿਸਾਨ ਸ਼ੰਭੂ ਬਾਰਡਰ 'ਤੇ ਡਟੇ ਹੋਏ ਨੇ। ਇਸ ਦੌਰਾਨ ਉਹਨਾਂ ਦੀ ਕੇਂਦਰ ਸਰਕਾਰ ਨਾਲ ਕਈ ਵਾਰੀ ਗੱਲ ਹੋਈ, ਲੇਕਿਨ ਗੱਲ ਸਿਲੇ ਨਹੀਂ ਚੜੀ। ਹੁਣ ਉਹ ਕੱਲ੍ਹ ਦਿੱਲੀ ਵੱਲ ਕੂਚ ਕਰਨਗੇ। ਦਿੱਲੀ ਵੱਲ ਕੂਚ ਕਰਨਾ ਸਹੀ ਹੋਏਗਾ ਜਾਂ ਨਹੀਂ ਹੋਏਗਾ, ਇਸ ਲਈ ਗੱਲਬਾਤ ਕਰਨ ਨੂੰ ਮੌਜੂਦ ਹੈ ਮੇਰੇ ਨਾਲ ਸੀਨੀਅਰ ਪੱਤਰਕਾਰ ਸੁਰਿੰਦਰਪਾਲ ਜੀ। ਸੁਰਿੰਦਰ ਜੀ, ਦੱਸੋ ਕੀ ਲੱਗਦਾ ਕਿ ਇਹ ਜਿਹੜੇ ਕਿਸਾਨਾਂ ਨੂੰ ਕੂਚ ਕਰਨਾ ਸਹੀ ਰਹੇਗਾ ਕਿ ਨਹੀਂ ਰਹੇਗਾ? ਮੈਂ ਸਹੀ ਤਾਂ ਕਹਿ ਰਿਹਾ ਕਿਉਂਕਿ ਹੁਣ ਤੀਕਰ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਉੱਧਰ ਨਹੀਂ ਜਾਣ ਦਿੱਤਾ ਗਿਆ, ਲਗਾਤਾਰ ਬੈਰੀਗੇਡ ਲਗਾਏ। ਕੀ ਕਹਿਣਾ ਚਾਹੁੰਦਾ? ਦੇਖੋ ਰੰਗਪੁਰੀ ਜੀ, ਸਭ ਤੋਂ ਪਹਿਲੀ ਗੱਲ ਹੈ ਕਿ ਕਿਸਾਨਾਂ ਦਾ ਅੰਦੋਲਨ ਚੱਲ ਕਿਉਂ ਰਿਹਾ? ਇਹਦੇ ਉੱਤੇ ਵੀ ਇੱਕ ਵਾਰੀ ਮੰਥਨ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਆਪਾਂ ਜੇ ਗੱਲ ਸ਼ੁਰੂ ਕੀਤੀ ਹੈ ਤਾਂ ਗੱਲ ਕਿਤੇ ਸਿੱਟੇ ਦੇ ਵੀ ਨਾਲ ਚਾਹੀਦੀ ਪਹੁੰਚ ਗਈ। ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦਾ ਨਾ ਇੱਕ ਅਲੱਗ ਪਹਿਚਾਣ ਹੈ, ਸਾਡੀ ਅਲੱਗ ਬਾਕੀ ਦੇਸ਼ ਨਾਲੋਂ ਸਾਡੀ ਅਲੱਗ ਇੱਕ ਫਿਤਰਤ ਹੈ। ਫਿਤਰਤ ਸਾਡਾ ਜ਼ਮੀਰ ਵੀ ਹੋਰ ਤਰ੍ਹਾਂ ਦਾ, ਸਾਡੇ ਪੰਜਾਬੀਆਂ ਦਾ ਰਹਿਣ ਸਹਿਣ, ਖਾਣ ਪੀਣ, ਭਾਸ਼ਾ, ਸੰਸਕ੍ਰਿਤੀ ਔਰ ਸਾਡਾ ਵਿਰਸਾ, ਸਾਡਾ ਇਤਿਹਾਸ, ਸੰਸਕ੍ਰਿਤੀ, ਹਰ ਚੀਜ਼ ਡਿਫਰੈਂਟ ਹੈ। ਜੇ ਆਜ਼ਾਦੀ ਦਾ ਅੰਦੋਲਨ ਹੋਇਆ ਤਾਂ ਪੰਜਾਬ ਤੋਂ ਸ਼ੁਰੂ ਹੋਇਆ, ਪੰਜਾਬ ਨੂੰ ਮੁੱਢ ਬਣਿਆ ਗਿਆ। ਕਰਤਾਰ ਸਿੰਘ ਸਰਾਭਾ, ਸੁਖਦੇਵ, ਸ਼ਹੀਦ ਭਗਤ ਸਿੰਘ, ਲਾਲਾ ਲਾਜਪਤ ਰਾਏ, ਕਿੰਨੀ ਗਦਰ ਲਹਿਰ ਚੱਲੀ, ਕੂਕਾ ਅੰਦੋਲਨ ਚੱਲਿਆ। ਜੇ ਅੰਗਰੇਜ਼ਾਂ ਨਾਲ ਜੰਗ ਲੜੀ, ਪੂਰੀ ਤੋਂ ਪੂਰੀ ਜਿੱਤ ਉਹਦਾ ਮੋਰਚਾ ਲੱਗਿਆ ਤੁਹਾਡੇ ਸਾਹਮਣੇ। ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ, ਇੰਦਰਾ ਗਾਂਧੀ ਨਾਲ ਟੱਕਰ ਰਹੀ, ਪੰਜਾਬੀ ਸੂਬਾ ਅਲੱਗ ਬਣਾਇਆ। ਸਰ, ਕਹਿਣ ਦਾ ਮੇਰਾ ਮਕਸਦ ਹੈਗਾ ਕਿ ਪੰਜਾਬ ਸੰਘਰਸ਼ ਬੜਾ ਕੀਤਾ ਅਤੇ ਪੰਜਾਬ ਦਾ ਸੰਘਰਸ਼ ਹਮੇਸ਼ਾ ਕੇਂਦਰ ਸਰਕਾਰ ਦੀ ਹਕੂਮਤ ਨਾਲ ਰਿਹਾ। ਚਾਹੇ ਉਹ ਐਮਰਜੈਂਸੀ ਇੰਦਰਾ ਗਾਂਧੀ ਨੇ ਲਾਈ, ਪੂਰੇ ਦੇਸ਼ 'ਚੋਂ ਕੋਈ ਨਹੀਂ ਬੋਲਦਾ ਸੀ ਅਤੇ ਪੰਜਾਬ ਤੋਂ ਐਮਰਜੈਂਸੀ ਦੇ ਖਿਲਾਫ ਆਵਾਜ਼ ਸ਼ੁਰੂ ਹੋਈ, ਜਿਹੜੀ ਪੂਰੇ ਦੇਸ਼ ਦਾ ਅੰਦੋਲਨ ਬਣੀ। ਸੋ ਪੰਜਾਬ ਦੇ ਜਿਹੜੇ ਕਿਸਾਨ ਹੁਣ ਮੰਗਾਂ ਵਾਸਤੇ ਜਾ ਰਹੇ ਨੇ, ਇਹ ਦੇਸ਼ ਦੀਆਂ ਮੰਗਾਂ ਹੈ, ਇਹ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਇਹਦੇ 'ਚ ਘੱਟ ਨੇ। ਕਿਉਂਕਿ ਪੰਜਾਬ ਦੀ ਜਿਹੜੀ ਖੇਤੀ ਹੈ, ਉਸ ਕਣਕ ਦੀ ਹੈ, ਝੋਨੇ ਦੀ ਆ, ਮੱਕੀ ਦੀ ਆ, ਗੰਨੇ ਦੀ ਆ ਅਤੇ ਕਪਾਹ ਦੀ ਆ ਅਤੇ ਹੋਰ ਸਬਜ਼ੀਆਂ ਜਿਹੜੀਆਂ, ਮਟਰ ਮਿਲ ਗਿਆ ਜਾਂ ਗਾਜਰ ਗੋਭੀ ਹੋ ਗਈ, ਚਲੋ ਇਹ ਤਾਂ ਉਨੀ ਡੋਮੈਸਟਿਕ ਸੇਲ ਹੈ, ਇੰਨੀ ਲੱਗ ਜਾਂਦੀ ਆ। ਕਣਕ ਜਿਹੜੀ ਆ 80% ਕੇਂਦਰ ਸਰਕਾਰ ਅਤੇ 5-7 'ਤੇ ਮਾਰਕਫੈਡ ਖਰੀਦੀ ਪਈ ਆ, 20% ਜਿਹੜੀ ਆ ਉਹ ਬਾਕੀ ਪ੍ਰਾਈਵੇਟ ਸੈਕਟਰ ਖਰੀਦ ਲੈਂਦਾ, ਕੁਛ ਅਸੀਂ ਡੋਮੈਸਟਿਕ ਆਪਣੀ ਵਰਤ ਲਈ ਰੱਖ ਲੈਂਦੇ ਹਾਂ। ਜਿਹੜਾ ਝੋਨਾ 97% ਕੇਂਦਰ ਸਰਕਾਰ ਦੀਆਂ ਏਜੰਸੀਆਂ 'ਤੇ ਬਾਕੀ ਖਰੀਦ ਹੁੰਦੀ ਪਈ ਆ। ਯਾਨੀ MSP ਦਾ ਪੂਰਾ ਲਾਹਾ ਤੱਕ ਪੰਜਾਬ ਦੇ ਕਿਸਾਨਾਂ ਨੂੰ ਪਹਿਲਾਂ ਮਿਲਦਾ ਪਿਆ। ਹੁਣ ਤੁਸੀਂ ਬਿਹਾਰ ਦੇ 6% ਲੋਕਾਂ ਨੂੰ MSP ਦਾ ਲਾਹਾ ਮਿਲਦਾ ਅਤੇ ਪੰਜਾਬ ਦੇ 98% ਕਿਸਾਨਾਂ ਨੂੰ MSP ਦਾ ਫਾਇਦਾ ਮਿਲਦਾ। ਅਤੇ ਇਸ ਦਾ ਮਤਲਬ ਸਾਡੀ MSP ਦੇ ਉੱਤੇ ਮੰਗ ਜਿਹੜੀ ਹੈ ਸਿਰਫ ਅਤੇ ਸਿਰਫ ਫਸਲਾਂ ਦੇ ਉੱਤੇ, ਸਾਡੀਆਂ ਫਸਲਾਂ ਹੋਰ ਕਿਹੜੀਆਂ ਰਹਿ ਜਾਂਦੀਆਂ? ਮੱਕੀ ਦੇ ਉੱਤੇ ਕੇਂਦਰ ਸਰਕਾਰ ਨੇ ਜਿਹੜੀ ਕੱਲ੍ਹ 5 ਕਈਆਂ ਉਹਦੇ 'ਚ ਮੱਕੀ ਵੀ ਹੈਗੀ ਆ। ਸਾਡੇ ਕੋਲ ਰਹਿ ਜਾਂਦਾ ਗੰਨਾ, ਗੰਨੇ ਦੇ ਉੱਤੇ ਪਹਿਲਾਂ ਹੀ ਸ਼ੂਗਰ ਮਿੱਲਾਂ ਦੀ MSP ਹੈਗੀ ਆ, ਕਿਉਂਕਿ ਪ੍ਰਾਈਵੇਟ ਖਰੀਦ ਆ ਅਤੇ ਸੈਂਟਰ ਗੌਰਮੈਂਟ ਅਤੇ ਸਟੇਟ ਗੌਰਮੈਂਟ ਦਾ ਸ਼ੂਗਰ ਮਿੱਲਾਂ 'ਤੇ ਡੰਡਾ ਹੁੰਦਾ ਵੀ ਕਿਸਾਨਾਂ ਦਾ ਜੋ ਅਸੀਂ ਭਾਅ ਤੈਅ ਕਰਤਾ ਤੁਸੀਂ ਉਸ ਭਾਅ ਲੈਣੀ। ਯਾਨੀ ਪਹਿਲਾਂ ਹੀ ਸ਼ੂਗਰ ਮਿੱਲਾਂ MSP 'ਤੇ ਖਰੀਦੀਆਂ ਪਈਆਂ।
ਤੀਜੀ ਜਿਹੜੀ ਫਸਲ ਰਹਿ ਗਈ ਹੈ ਕਪਾਹ ਦੇ ਉੱਤੇ ਵੀ ਕੇਂਦਰ ਮੰਤਰੀ ਨੇ ਕਹਿ ਦਿੱਤਾ ਕਿ ਅਸੀਂ ਇਹ ਪੰਜ ਫਸਲਾਂ 'ਚ ਵੀ ਲੈ ਲੈਣੇ, ਨਾਲ ਇੱਕ ਅਡੀਸ਼ਨ ਫਸਲ ਪੰਜਾਬ ਨੂੰ ਹੋਰ ਦੇ ਦਿੱਤੀ, ਮਸੂਰ ਦੀ ਦਾਲ, ਮਸਰ ਦੀ ਦਾਲ ਜਿਹਨੂੰ ਪੰਜਾਬੀ 'ਚ ਕਹਿੰਦੇ। ਹੁਣ ਦਾਲ ਦੀ ਖਪਤ ਬਹੁਤ ਜ਼ਿਆਦਾ, ਅਸੀਂ ਦਾਲਾਂ ਕੈਨੇਡਾ ਅਤੇ ਆਸਟ੍ਰੇਲੀਆ ਤੋਂ ਮੰਗਾ ਰਹੇ ਹਾਂ ਹਿੰਦੁਸਤਾਨ, ਔਰ 16,00,000 ਕਰੋੜ ਦੀ ਦਾਲ ਹਰ ਸਾਲ ਹਿੰਦੁਸਤਾਨ ਬਾਹਰਲੇ ਮੁਲਕਾਂ ਤੋਂ ਮੰਗਾਉਂਦਾ, ਇਹੀ ਦਾਲ ਪੰਜਾਬ 'ਚ ਉੱਗ ਜਾਏਗੀ। ਅਤੇ ਉਹ ਕਿਸਾਨਾਂ ਨੂੰ ਜਿਹੜੀ ਉਹਨਾਂ ਨੇ ਕਹਿਤਾ ਸੀ ਇਹਦੀ ਗਰੰਟੀ ਦੇ ਦਿੰਦੇ ਹਾਂ, ਮਸਰ ਦੀ ਦਾਲ। ਪਾਮ ਆਇਲ ਸਾਰਾ ਬਾਹਰੋਂ ਮੰਗਾਉਂਦੇ ਪਏ ਹਾਂ, ਇੰਪੋਰਟ ਹੋ ਰਿਹਾ ਆਇਲ ਸੂਰਜਮੁਖੀ ਦਾ, ਉਹਨਾਂ ਨੇ ਕਹਿਤਾ ਵੀ ਤੁਸੀਂ ਉਗਾ ਲਓ, ਇਹਦੀ ਗਰੰਟੀ ਦੇ ਦਿੰਦੇ ਹਾਂ। ਸੋ ਕਹਿਣ ਦਾ ਮਕਸਦ ਹੈ ਕਿ ਪੰਜਾਬ ਦੀਆਂ ਤਾਂ ਫਸਲਾਂ ਇੰਨੀਆਂ ਵੈ ਜਿਹਦੇ ਉੱਤੇ ਗਰੰਟੀ 100% ਹੈ, ਮਿਲਦੀ ਪਈ ਹੈ। ਉਹ ਨਾ ਹੀ ਪੂਰੇ ਦੇਸ਼ 'ਚੋਂ ਕੋਈ ਅੰਦੋਲਨ ਹੋ ਰਿਹਾ, ਨਾ ਤੁਸੀਂ ਬਿਹਾਰ 'ਚ ਸੁਣਿਆ, ਰਾਜਸਥਾਨ ਹੈ, ਮੱਧ ਪ੍ਰਦੇਸ਼ ਹੈ, ਮੱਧ ਪ੍ਰਦੇਸ਼ ਵੀ ਖੇਤੀ ਪ੍ਰਧਾਨ ਸੂਬਾ ਹੈਗਾ, ਉੱਥੇ ਵੀ MSP ਮਿਲਦੀ ਪਈ ਹੈ ਕਣਕ 'ਤੇ, ਹਰਿਆਣੇ ਨੂੰ ਵੀ MSP ਮਿਲਦੀ ਪਈ ਕਣਕ 'ਤੇ, ਝੋਨੇ 'ਤੇ। ਹੁਣ ਜੇ ਆਪਾਂ ਹੁਣ ਇਹ ਕਹਿੰਦੇ ਜੀ 23 ਫਸਲਾਂ 'ਤੇ MSP ਚਾਹੀਦੀ ਆ, ਹੁਣ ਜਵਾਰ, ਰਾਗੀ, ਅਤੇ ਇਹਦੇ ਉੱਤੇ MSP ਦਿੰਦੀ ਪਈ ਸਰਕਾਰ, MSP ਉਹਨਾਂ ਨੇ ਇੱਕ ਫਿਕਸ ਕੀਤੀ, ਲੇਕਿਨ ਗਰੰਟੀ ਦੇ ਕੇ ਸਰਕਾਰ ਨੇ ਮੱਕੀ ਅਤੇ ਜਿਹੜਾ ਜਵਾਰ ਅਤੇ ਰਾਗੀ ਖਰੀਦ ਕੇ ਕਰਨਾ ਕੀ ਆ, ਮੱਕੀ ਖਰੀਦ ਲੇਗੀ, ਮੱਕੀ ਐਕਸਪੋਰਟ ਵੀ ਹੁੰਦੀ ਆ, ਕੌਰਨ ਬਣਦੇ ਨੇ, ਕੌਰਨ ਪੂਰੇ ਵਿਖਰ ਦੇ ਵਿੱਚ ਤੁਹਾਨੂੰ ਪਤਾ ਹਰ ਜਗ੍ਹਾ ਪੈ ਰਹੇ ਨੇ, ਅੱਜ ਕੱਲ੍ਹ ਤਾਂ ਅੱਜ ਕੱਲ੍ਹ ਡਿਸ਼ ਹੀ ਬਣ ਗਈ ਆ। ਔਰ ਜਿਹੜੀਆਂ ਹੋਰ ਗਰੰਟੀ ਵਾਲੀਆਂ ਸਰਕਾਰ ਕਹਿੰਦੀ ਆ, ਪਾਮ ਆਇਲ 'ਤੇ ਕਹਿੰਦੀ ਪਈ ਆ ਬਈ ਤੁਸੀਂ ਇੱਥੇ ਤਿਲਣ ਉਗਾ ਲਓ, ਅਸੀਂ ਗਰੰਟੀ ਦੇ ਦਿੰਦੇ ਹਾਂ। ਸਰਕਾਰ ਉਹ ਕਹਿੰਦੀ ਬਈ ਜਿਹੜਾ ਅਸੀਂ ਬਾਹਰੋਂ ਸਮਾਨ ਮੰਗਾਉਂਦੇ ਹਾਂ ਉਹ ਤੁਸੀਂ ਇੱਥੇ ਪੈਦਾ ਕਰ ਲਓ। ਹੁਣ ਜਿਹੜੀ ਚੀਜ਼ ਦੀ ਲੋੜ ਹੀ ਨਹੀਂ, ਜੇ ਅਸੀਂ ਕਹੀਏ ਸਰਕਾਰ ਨੂੰ ਤੁਸੀਂ ਇਹਨੂੰ ਖਰੀਦੋ, ਤਾਂ ਸਰਕਾਰ ਕੀ ਕਰੇਗੀ ਮੈਨੂੰ ਦੱਸੋ? ਬਾਜਰੇ ਨੂੰ ਕੀ ਕਰੇਗੀ ਸਰਕਾਰ? ਰਾਗੀ ਦਾ ਕੀ ਕਰੂਗੀ ਸਰਕਾਰ? ਇੱਦਾਂ ਦੀਆਂ ਜਿਹੜੀਆਂ 16 ਫਸਲਾਂ ਸਰਕਾਰ ਦੇ ਕਿਸੇ ਅਰਥ, ਫਿਰ ਕਿਸਾਨ ਕਿਉਂ ਅੜੇ ਨੇ ਉਹਨਾਂ ਫਸਲਾਂ? ਇਹੀ ਤਾਂ ਤੁਹਾਨੂੰ ਮੈਂ ਹੁਣ ਸਮਝਾਉਣਾ ਚਾਹ ਰਿਹਾ ਕਿ ਸਾਡੀ ਫਸਲ ਹੀ ਹੈ ਨਹੀਂ, ਸਾਡੀ ਸਰਦੀਆਂ 'ਚ ਵੱਧ ਤੋਂ ਵੱਧ ਇੱਕ ਕ੍ਰੋਸ ਡਿਵਰਸੀਫਿਕੇਸ਼ਨ 'ਚ ਫਸਲ ਹੈਗੀ ਹੈ ਕਿ ਅਸੀਂ ਮਟਰ ਉੱਗਦਾ, ਜਿਹੜਾ ਸਰਦੀਆਂ 'ਚ ਹੁਸ਼ਿਆਰਪੁਰ ਦੀ ਬੈਲਟ 'ਚ ਉਹਦੀ ਐਡਵਾਂਸ ਬੁਕਿੰਗ ਹੈ ਸਾਰੀ ਜੀ, ਐਡਵਾਂਸ ਬੁਕਿੰਗ ਆ ਉਹਦੀ। ਹੋਰ ਸਾਡੀ ਪੋਲੀ ਫਾਰਮਿੰਗ ਚੱਲਦੀ ਪਈ ਆ, ਤੁਸੀਂ ਦੇਖੋ ਉਹਦੀ ਕੀ ਨਾਮ ਹੈ, ਪੋਲੀ ਫਾਰਮਿੰਗ 'ਚ ਬਰੋਕਲੀ ਹੈ, ਮਸ਼ਰੂਮ ਹੈ, ਟੌਪ ਦੀ ਵਿਕਦੀ ਪਈ, ਡੋਮੈਸਟਿਕ ਸੇਲ ਕਿਤੇ ਨਹੀਂ ਰੁਲਦੀ ਪਈ, ਬਰੋਕਲੀ 100 ਰੁਪਏ ਕਿਲੋ ਵਿਕਦੀ ਪਈ ਹੈ। ਅਤੇ ਫਸਲਾਂ ਜਿਹੜੀਆਂ ਤੁਸੀਂ 5-6 ਗਰਾਈਆਂ ਨੇ, ਇਹ ਪੰਜਾਬ ਦੀਆਂ ਫਸਲਾਂ, ਬਾਕੀ ਫਸਲਾਂ ਹੈਗੀਆਂ ਬਾਕੀ ਦੇਸ਼ ਦੀਆਂ? ਬਾਕੀ ਦੇਸ਼ ਦੇ ਵਿੱਚ ਹੈਗੀਆਂ, ਲੇਕਿਨ ਸਾਡੇ ਉਹ ਅੰਦੋਲਨ ਨਹੀਂ ਕਰਦੇ ਪਏ ਵੀ ਸਾਨੂੰ ਬਾਜਰੇ ਦੇ ਕਿਸਾਨ। ਇਹੀ ਤਾਂ ਗਲਤ ਹੋ ਰਹੀ ਨਾ। ਹੁਣ ਮੈਂ ਤੁਹਾਨੂੰ ਦੱਸਦਾ, ਬੇਸਿਕ ਤੁਹਾਡੀ ਮੈਂ ਪਹਿਲੀਆਂ ਲਾਈਨਾਂ ਕਹੀਆਂ, ਤੁਸੀਂ ਉਸ ਲਾਈਨਾਂ 'ਤੇ ਆ ਜਾਓ ਕਿ ਪੰਜਾਬ ਦਾ ਆਦਤ ਔਰ ਪੰਜਾਬ ਦੀ ਫਿਤਰਤ, ਪੰਜਾਬ ਦੇ ਲੋਕਾਂ ਦੀ ਸੰਘਰਸ਼ ਦੀ ਆਦਤ ਹੈ। ਅਸੀਂ ਸ਼ਾਂਤ ਨਹੀਂ ਬੈਠ ਸਕਦੇ, ਅਸੀਂ ਸੰਘਰਸ਼ ਕਰਨਾ ਆਪਣੀ ਜ਼ਿੰਦਗੀ, ਜਾਂ ਸੰਘਰਸ਼ ਸਾਡੇ ਗੁਰੂ ਮਹਾਰਾਜ ਸਾਨੂੰ ਸੰਘਾ ਕੇ ਗਏ ਆ। ਅਸਲ 'ਚ ਨਾ ਕੀ ਹੈ, ਪੰਜਾਬ ਦਾ ਮੁੱਦਾ ਇਕੱਲਾ ਕਿਸਾਨੀ ਨਹੀਂ ਆ, ਇਹਦੇ ਨਾਲ ਕੋਰਲੇਟ ਮੁੱਦੇ ਆ। ਕੋਰਲੇਟ ਮੁੱਦਿਆਂ 'ਚ ਕੀ ਹੈ, ਪੰਜਾਬ ਦਾ ਪਾਣੀ 450 ਫੁੱਟ ਡੂੰਘਾ ਚਲਾ ਗਿਆ, ਪਹਿਲਾ ਮੁੱਦਾ। ਪੰਜਾਬ 'ਚ ਕੈਂਸਰ ਫੈਲ ਗਿਆ, ਦੂਜਾ ਮੁੱਦਾ। ਪੰਜਾਬ ਦੀ ਬੇਰੁਜ਼ਗਾਰੀ, ਤੀਜਾ ਮੁੱਦਾ। ਪੰਜਾਬ ਦਾ ਡਰੱਗ, ਚੌਥਾ ਮੁੱਦਾ। ਪੰਜਾਬ ਦਾ ਨੌਜਵਾਨ ਸਾਰਾ ਬਾਹਰ ਜਾ ਰਿਹਾ, ਇਹ 5ਵਾਂ ਮੁੱਦਾ ਜੀ। ਠੀਕ ਹੈ, ਤੁਸੀਂ ਇਹ ਦੱਸੋ, ਇਹ ਮੁੱਦੇ ਜਿਹੜੇ ਆ ਕਿਸੇ ਸਟੇਟ 'ਚ ਇੰਨੇ ਹਾਵੀ ਹੈਗੇ ਆ ਜਿੰਨੇ ਸਾਡੇ ਅਸੀਂ ਝੇਲਦੇ ਪਏ ਹਾਂ? ਅਸੀਂ ਇਹ ਮੁੱਦਿਆਂ ਨੂੰ ਝੇਲਦੇ ਪਏ, ਇਹ ਕਿਸਾਨੀ ਅੰਦੋਲਨ ਦੇ ਨਾਲ ਕੋਰਲੇਟ ਕਰਦੇ ਆ। ਜਿਹੜੇ ਨੌਜਵਾਨ ਜਿਹੜਾ ਵਾ ਅੱਜ ਭਟਕਿਆ ਹੋਇਆ ਜਾਂ ਹੋਰ ਚੀਜ਼ਾਂ ਤੋਂ ਆ, ਫਰਸਟ੍ਰੇਟ ਮਹਿਸੂਸ ਕਰਦਾ, ਉਹ ਕਿਉਂ ਨਹੀਂ ਅੰਦੋਲਨ 'ਚ ਜਾਏਗਾ? ਉਹਦਾ ਉਹਨੂੰ ਹਜੇ ਤੁਸੀਂ ਉਹ ਅੰਦੋਲਨ 'ਚ ਜਾਏਗਾ ਅਤੇ ਉਹਨੂੰ ਤਾਂ ਆਪਣੇ ਨਾਲ ਦਰਦ ਹੈਗਾ ਕਿ ਸਾਡਾ ਕਰਜ਼ਾ ਬੜਾ ਸਿਰ 'ਤੇ ਆ ਕਿਸਾਨੀ ਦਾ। ਸਾਡੀ ਦੇਖੋ ਪਤਾ ਕੀ ਹੈ, ਪੰਜਾਬ ਨਾ ਇੱਕ ਨੁਚੜ ਚੁੱਕਾ ਹੋਇਆ, ਹਰਿਆਣਾ ਦਾ ਡਿਵੈਲਪ ਕਰ ਗਿਆ, ਪੰਚਕੂਲਾ ਡਿਵੈਲਪ ਕਰ ਗਿਆ, ਗੁੜਗਾਵਾਂ ਡਿਵੈਲਪ ਕਰ ਗਿਆ ਪੰਜਾਬ। ਉੱਥੇ ਜਾ ਕੇ ਗੂਗਲ, ਮਾਈਕਰੋਸੋਫਟ ਦੇ ਆਫਿਸਿਸ ਦੇਖੋ, ਅਸੀਂ ਪੰਜਾਬ 'ਚ ਬੈਠੇ ਹਾਂ। ਇੱਥੇ ਤਾਂ ਇੰਡਸਟਰੀ ਸਾਰੀ ਵੱਧੀ ਚਲੀ ਗਈ ਜਾਂ ਗਗਰੇਡ ਚਲੀ ਗਈ, ਇੱਥੇ ਬਚਿਆ ਕੀ ਆ ਪੰਜਾਬ 'ਚ? ਸਿਰਫ ਉੱਥੇ ਪਾਣੀ ਦੀ ਘਾਟ ਅਤੇ ਕੈਂਸਰ ਅਤੇ ਡਰੱਗ, ਆਹ 3 ਚੀਜ਼ਾਂ ਮੈਂ ਪੰਜਾਬ 'ਚ ਦੇਖਦਾ ਪਿਆ।
ਅਤੇ ਲੋਅ ਐਂਡ ਆਰਡਰ ਦੀ ਸਮੱਸਿਆ ਵਧ ਗਈ। ਹੁਣ ਇੰਨੀ ਲੋਅ ਐਂਡ ਆਰਡਰ ਦੀ ਸਮੱਸਿਆ ਕਿਉਂ ਵਧੀ ਆ? ਕਿਉਂਕਿ ਪੰਜਾਬ ਦੇ ਵਿੱਚ ਬੇਸਿਕਲੀ ਕੰਮ ਹੈ ਨੀਗਾ, ਇਹੀ ਹਰਿਆਣਾ ਹੈ। ਹਰਿਆਣਾ ਵੈ, ਗੁੜਗਾਂਵ ਵੈ, ਪੰਚਕੂਲਾ ਵੈ, ਨੋਇਡਾ ਵੈ, ਤੁਸੀਂ ਯੂਪੀ ਦੀਆਂ ਸਟੇਟ ਦੇਖੋ ਜ਼ਿਲ੍ਹੇ ਕਿੰਨੇ ਡਿਵੈਲਪ ਹੋ ਰਹੇ, ਫੈਜ਼ਾਬਾਦ ਦੇਖੋ, ਅਯੋਧਿਆ ਦੇਖੋ, ਬਨਾਰਸ ਦੇਖੋ, ਵਾਰਾਣਸੀ ਦੇਖੋ, ਤੁਸੀਂ ਲੱਗੇਗਾ ਕਿਤੇ ਬਈ ਜਾ ਰਿਹਾ, ਉੱਥੇ ਕ੍ਰਾਈਮ ਦਾ ਗ੍ਰਾਫ ਘੱਟ ਗਿਆ। ਫਿਰ ਸਰਕਾਰਾਂ ਕਿਉਂ ਨਹੀਂ ਧਿਆਨ ਦੇ ਰਹੀਆਂ ਇਸ ਪਾਸੇ? ਹੁਣ ਇਹੀ ਗੱਲ ਹੈ, ਹੁਣ ਸਰਕਾਰ ਦੇਖੋ ਬੇਸਿਕ ਹੁੰਦਾ ਕਿ ਸਰਕਾਰ ਜਿਹੜੀ ਹੁੰਦਾ ਕੀ ਹੈ, ਸੂਬੇ ਨੂੰ ਸੈਂਟਰ ਗੌਰਮੈਂਟ ਦੇ ਨਾਲ ਹਮੇਸ਼ਾ ਇੱਥੇ ਦੇ ਵਸਨੀਕਾਂ ਨੂੰ ਮਿਲ ਕੇ ਚੱਲਣਾ ਪੈਂਦਾ। ਪੰਜਾਬ ਦੀ ਫਿਤਰਤ ਆਜ਼ਾਦੀ ਤੋਂ ਪਹਿਲਾਂ ਦੀ ਅੰਗਰੇਜ਼ ਮੈਨੂੰ ਇਹ ਦੱਸੋ, ਤੁਸੀਂ ਸਿੱਖ ਕੌਮ ਤੋਂ ਹੋ, ਮੈਂ ਵੀ ਸਿੱਖੀ ਨੂੰ ਬਹੁਤ ਪਿਆਰ ਕਰਦਾ ਜੀ, ਸਿੱਖਾਂ ਨੂੰ ਤਾਂ ਅੰਗਰੇਜ਼ ਡਿਵਾਈਡ ਕਰ ਗਏ, ਕਿਉਂ ਕਰਕੇ ਗਏ? ਪੰਜਾ ਸਾਹਿਬ, ਨਨਕਾਣਾ ਸਾਹਿਬ, ਸ਼੍ਰੀ ਕਰਤਾਰਪੁਰ ਸਾਹਿਬ ਉੱਧਰ ਛੱਡ ਗਏ, ਸ਼੍ਰੀ ਦਰਬਾਰ ਸਾਹਿਬ ਇੱਧਰ ਕਰਤਾ, ਵਿਚਕਾਰ ਲੀਕ ਮਾਰਤੀ। ਇਹ ਸਿੱਖ ਕੌਮ ਨੂੰ ਇੱਕ ਵੀ ਕਰ ਸਕਦੇ ਸੀ, ਕਿਉਂ ਵੱਖ ਕਰਕੇ ਗਏ? ਉਹ ਕਹਿੰਦੇ ਸਾਨੂੰ ਅਗਰ ਸਭ ਤੋਂ ਜ਼ਿਆਦਾ ਨੁਕਸਾਨ ਕੀਤਾ ਸਿੱਖਾਂ ਨੇ ਕੀਤਾ ਇਹਨਾਂ ਦੀ ਲੈਣ ਵਾਜੋ ਵਿੱਚ, ਉਹ ਸਾਡੇ 'ਚ ਲੈਣ ਵਾ ਗਏ। ਅਤੇ ਉਦੋਂ ਆਜ਼ਾਦੀ ਜਦੋਂ ਹਿੰਦੁਸਤਾਨ ਨੂੰ ਮਿਲੀ ਹੈ, ਸਭ ਤੋਂ ਜ਼ਿਆਦਾ ਪੰਜਾਬ ਦਾ ਸਿੱਖ ਮਰਿਆ ਜੀ, ਆਜ਼ਾਦੀ ਦੇ ਅੰਦੋਲਨ 'ਚ ਵੀ ਸਭ ਤੋਂ ਜ਼ਿਆਦਾ ਸਿੱਖ ਮਰਿਆ। ਔਰ ਹੁੰਦਾ ਕੀ ਹੈ, ਜਦੋਂ ਹੁਣ ਟੈਰਰਿਜ਼ਮ ਹੈ, ਜਦੋਂ ਪੰਜਾਬ ਦਾ ਅੱਤਵਾਦ ਹੈ, ਪੰਜਾਬ ਦਾ ਅੱਤਵਾਦ ਕਿਉਂ ਆਇਆ? ਸਾਰਿਆਂ ਨੂੰ ਪਤਾ ਸੀ ਕਾਂਗਰਸ ਸਪੋਰਟਿਡ ਸੀਗਾ, ਕੇਂਦਰ ਸਰਕਾਰ ਦਾ ਸਪੋਰਟਿਡ ਸੀਗਾ, ਉਹ ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਐਮਰਜੈਂਸੀ 'ਚ ਸਾਡੇ ਖਿਲਾਫ਼ ਅੰਦੋਲਨ ਕੀਤਾ, ਆਹ ਚੱਕੋ ਪੰਜਾਬ ਨੂੰ ਅੱਤਵਾਦ ਗਿਫਟ ਕੀਤਾ। ਪੰਜਾਬ ਕਿੰਨੇ ਸਾਲ ਸੜਦਾ ਰਿਹਾ, ਇਹੀ ਗੱਲ ਫਿਰ ਹੁਣ ਗੱਲ ਸਿੱਖੀ ਦੀ ਆ, ਆਜੋ ਆਜੋ ਸਿੱਖੀ ਦਾ ਹੀ ਆ ਰਿਹਾ। ਬੇਸਿਕ ਗੱਲ ਇਹ ਹੈ ਕਿ ਜਦੋਂ ਅਸੀਂ ਟੱਕਰ ਲਵਾਂਗੇ, ਜਦੋਂ ਅਸੀਂ ਕੇਂਦਰ ਸਰਕਾਰ ਨਾਲ ਟੱਕਰ ਲਵਾਂਗੇ, ਤਾਂ ਫਿਰ ਉਹ ਸੂਬਿਆਂ ਤੋਂ ਉਹਨਾਂ ਨੂੰ ਲੱਗਦਾ ਕਿ ਇਹਨਾਂ ਵੱਲ ਧਿਆਨ ਦੇਣ ਦਾ ਕੋਈ ਫਾਇਦਾ ਨਹੀਂ, ਮੈਂ ਕੋਈ ਇਹਨਾਂ ਲਈ ਫੈਸਲਾ ਲਵਾਂਗਾ ਵੀ ਤਾਂ ਇਹਦਾ ਵਿਰੋਧ ਹੀ ਹੋਣਾ ਜੀ, ਇਹਦਾ ਵਿਰੋਧ ਹੋਣਾ, ਇਸ ਕਰਕੇ ਉਹ ਫੈਸਲੇ ਪੰਜਾਬ ਦੇ ਲੈਂਦੇ ਹੀ ਨਹੀਂ ਗਏ। ਇਹ ਗੱਲ ਨਹੀਂ ਹੈ ਕਿ ਹੁਣ ਤੁਸੀਂ ਮੈਨੂੰ ਦੱਸੋ, ਅਟਲ ਬਿਹਾਰੀ ਵਾਜਪੇਈ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਸੀ ਜੀ, ਸਰਦਾਰ ਸੁਖਬੀਰ ਸਿੰਘ ਬਾਦਲ ਇੰਡਸਟਰੀਅਲ ਮਿਨਿਸਟਰ ਸੀ ਜੀ, ਸੁਖਬੀਰ ਸਿੰਘ ਬਾਦਲ ਸਾਈਨ ਕਰਕੇ ਆ ਰਿਹਾ ਕਿ ਪਹਾੜੀ ਰਾਜ ਜਿਹੜੇ ਪੰਜਾਬ ਦੇ ਆਸ ਪਾਸ ਹੈ, ਇਹਨਾਂ ਨੂੰ 10 ਸਾਲ ਦਾ ਟੈਕਸ ਹੋਲੀਡੇ ਦੇ ਦਿਓ। ਉਹ ਸੁਖਬੀਰ ਸਿੰਘ ਬਾਦਲ ਉਸ ਮੰਤਰੀ ਦੀ ਕੁਰਸੀ 'ਤੇ ਸੀਗਾ ਜਿਹੜੇ ਮੰਤਰੀ ਨੇ ਟੈਕਸ ਹੋਲੀਡੇ, ਮੰਤਰੀ ਮੰਡਲ ਦਾ ਹਿੱਸਾ ਸੀ ਜੀ, ਉੱਥੇ ਡਿਸਾਈਡ ਹੋਇਆ। ਇੰਡਸਟਰੀਅਲ ਸਟੇਟ ਮਿਨਿਸਟਰ ਸੀ ਹਿੰਦੁਸਤਾਨ ਦਾ ਅਤੇ ਅਟਲ ਬਿਹਾਰੀ, ਹੁਣ ਉਹਦੇ ਨਾਲ ਕੀ ਹੋਇਆ, ਪੰਜਾਬ ਦੀ ਇੰਡਸਟਰੀ ਕਠੂਏ ਚਲੀ ਗਈ, ਇੱਧਰੋਂ ਉੱਧਰੋਂ ਗਗਰੇਡ ਚਲੀ ਗਈ, ਇੱਧਰੋਂ ਬੱਦੀ ਚਲੀ ਗਈ, ਅਤੇ ਇੰਨਾ ਨਹੀਂ ਪਤਾ ਲੱਗਿਆ ਕਿ ਪੰਜਾਬ ਦਾ ਨੁਕਸਾਨ ਹੁੰਦਾ ਪਿਆ। ਕੋਈ ਲੜਿਆ ਥੋੜ੍ਹਾ ਪੰਜਾਬ ਲਈ, ਉੱਥੇ ਤਾਂ ਲੜ ਜਾਣਾ ਚਾਹੀਦਾ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ, ਜੇ ਕਿੱਦਾਂ ਜੀ ਇਹਦੇ ਨਾਲ ਤਾਂ ਪੰਜਾਬ ਦਾ ਨੁਕਸਾਨ ਹੋ ਜੂਗਾ ਜੀ। ਜੇ ਤੁਸੀਂ ਅੱਜ ਦੱਸੋ, ਕੈਪਟਨ ਅਮਰਿੰਦਰ ਸਿੰਘ ਸਾਰੇ ਕਹਿੰਦੇ ਵੀ ਕੇਂਦਰ ਸਰਕਾਰ ਨਾਲ ਮਿਲ ਕੇ ਚੱਲਦਾ ਰਿਹਾ, ਉਸ ਤੋਂ ਪਹਿਲਾਂ ਸਾਰੇ ਕਹਿੰਦੇ ਰਹੇ ਵੀ ਇੱਥੇ ਡਾਕਟਰ ਮਨਮੋਹਨ ਸਿੰਘ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਾਂਝ ਬੜੀ ਰਹੀ ਆ ਜੀ, ਕਾਂਗਰਸ ਦੀਆਂ ਸਰਕਾਰਾਂ ਦੇ ਵਿੱਚ ਉਹ ਕਹਿੰਦੇ ਜੀ ਕਾਂਗਰਸ ਦੇ ਜਿੰਨੇ ਚੀਫ ਮਿਨਿਸਟਰ ਰਹੇ ਇੰਦਰਾ ਗਾਂਧੀ ਦੇ ਨਾਲ। ਫਿਰ ਮੈਨੂੰ ਦੱਸੋ, ਪੰਜਾਬ ਜਿਹੜਾ ਬਾਰਡਰ ਬੈਲਟ 'ਤੇ ਹੈ, ਅਤੇ ਪੰਜਾਬ ਦੇ ਵਿੱਚ ਤਾਂ ਬਾਰਡਰ ਦੇ ਵਿੱਚ ਇੰਡਸਟਰੀ ਨਹੀਂ ਹੈਗੀ, ਪੰਜਾਬ ਦਾ ਬਾਰਡਰ ਦਾ ਹਾਲ ਦੇਖੋ ਜਾ ਕੇ ਕੀ ਆ, ਪਿੰਡਾਂ 'ਚ ਹਾਲਾਤ ਕੀ ਨੇ ਉੱਥੇ, ਅਸੀਂ ਤਾਂ ਪਾਕਿਸਤਾਨ ਦੇ ਬਾਰਡਰ 'ਤੇ ਬੈਠੇ ਯਾਰ, ਉੱਥੇ ਸਰਵਾਈਵ ਹੀ ਨਹੀਂ ਕਰ ਸਕਦੇ। ਇੰਡਸਟਰੀਅਲ ਪੈਕੇਜ ਤਦੇ ਜੇ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਸੀ, ਜਦੋਂ ਅਟਲ ਬਿਹਾਰੀ ਵਾਜਪੇਈ ਨੇ ਕਿਹਾ ਸੀ ਅਸੀਂ ਟੈਕਸ ਹੋਲੀਡੇ ਦੇਣ ਲੱਗੇ, ਉਹਨਾਂ ਕਹਿਣਾ ਸੀ ਸਾਡੇ ਬਾਰਡਰ ਲਈ ਸਾਨੂੰ ਕੀ ਦਿੰਦੇ ਹੋ ਦੱਸੋ, ਨਾਲ ਹੀ ਕਹਿਣਾ ਚਾਹੀਦਾ ਸੀ ਠੀਕ ਆ ਜੀ ਅੱਜ ਤੋਂ ਬਾਅਦ ਕਹਿ ਦਿਓ ਮਰੂਤੀ ਦੇ ਇਹਦੇ ਵੱਡੇ ਵੱਡੇ ਸ਼ੋਰੂਮ ਕਾਰਾਂ ਦੇ ਪੰਜਾਬ 'ਚ ਲੱਗਣਗੇ ਉੱਥੇ। ਮਤਲਬ ਜੋ ਅੱਜ ਸਥਿਤੀ ਚੱਲ ਰਹੀ ਉਹਦੇ 'ਚ ਸੂਬੇ ਦੀਆਂ ਸਰਕਾਰਾਂ ਕਾਫੀ ਹੱਦ ਤੱਕ ਜ਼ਿੰਮੇਵਾਰ, ਇਹ ਤਾਂ ਮੰਨੇ ਇਹਨਾਂ ਨੇ ਬੋਲੇ ਨਹੀਂ ਨਾ, ਦਿੱਲੀ ਜਾ ਕੇ ਜੇ ਬੋਲਦੇ ਹੁੰਦੇ ਤਾਂ ਅੱਜ ਇਹ ਦਿਨ ਨਾ ਦੇਖਣਾ ਪੈਂਦਾ। ਜੇ ਪੰਜਾਬ, ਅੱਛਾ ਮੈਨੂੰ ਇਹ ਦੱਸੋ, ਜੇ ਪੰਜਾਬ ਖੁਸ਼ਹਾਲ ਹੋ ਜੇ ਗੁੜਗਾਂਵ ਵਾਂਗੂ, ਅਤੇ ਕਿਸਾਨ ਅੰਦੋਲਨ ਕਿਉਂ ਕਰਨਗੇ? ਮੈਨੂੰ ਦੱਸੋ, ਜਿਨ੍ਹਾਂ ਦੇ ਬੱਚੇ ਹੀ 5-5 ਲੱਖ 4-4 ਲੱਖ ਤਨਖਾਹ ਮਹੀਨੇ 'ਤੇ ਕੰਮ ਕਰਨਗੇ, ਉਹ ਕਿਸਾਨੀ ਲਈ ਅੰਦੋਲਨ ਕਰਨਗੇ ਹੀ ਨਹੀਂ।
ਪੰਜਾਬ ਦਾ ਅੰਦੋਲਨ ਬੇਸਿਕਲੀ ਜਿਹੜਾ ਕਿਸਾਨਾਂ ਦਾ ਹੈਗਾ ਇਹ ਫਸਲਾਂ ਦਾ ਘੱਟ ਹੈ, ਪੰਜਾਬ ਦੀਆਂ ਬਾਕੀ ਸਮੱਸਿਆਵਾਂ ਇਹਦੇ ਨਾਲ ਕੋਰਿਲੇਟ ਆ। ਇਹ ਫਿਰ ਕੀ ਲੱਗਦਾ ਕਿ ਕੇਂਦਰ ਸਰਕਾਰ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਕਰੇਗੀ? ਹੁਣ ਦੱਸੋ, ਮੈਂ ਤੁਹਾਨੂੰ ਇਹੀ ਕਹਿੰਦਾ ਪੈਣਾ, ਜਿਹੜੀਆਂ ਫਸਲਾਂ ਸਾਡੇ ਪੰਜਾਬ ਦੀਆਂ ਹੈ ਹੀ ਨਹੀਂ, ਅਸੀਂ ਤਾਂ ਉਹਦੇ ਲਈ ਜੰਗ ਲੜਦੇ ਪਏ ਹਾਂ, ਅਤੇ ਜਿਨ੍ਹਾਂ ਦੀਆਂ ਫਸਲਾਂ ਹੈਗੀਆਂ ਉਹ ਘਰ ਸੁੱਤੇ ਪਏ ਆ। ਅਤੇ ਉਹੀ ਇਲਜ਼ਾਮ ਲਗਾ ਰਹੇ ਨੇ ਕਿ ਜਿਹੜੇ ਕਿਸਾਨ ਕਰ ਰਹੇ ਨੇ ਉਹ ਗਲਤ ਕਰ ਰਹੇ ਨੇ, ਜਿਨ੍ਹਾਂ ਲਈ ਲੜਾਈ ਲੜ ਰਹੇ ਨੇ ਉਹਨਾਂ ਦੀ ਇਹ ਲੜਾਈ ਲੜਦੇ ਹੀ ਨਹੀਂ ਪਏ। ਉਹ ਕਿੱਥੇ ਲੜਦੇ? ਦੇਖੋ, MSP ਬਿਹਾਰ ਦੇ ਲੋਕਾਂ ਨੂੰ 6% ਮਿਲਦੀ ਆ, ਅਤੇ 94% ਉੱਥੇ ਦੇ ਲੋਕਾਂ ਨੂੰ MSP ਹੈ ਨਹੀਂ ਫਾਰਮਰ ਨੂੰ, ਉਹ ਤਾਂ ਬੋਲਦੇ ਨਹੀਂ। ਫਿਰ ਇਹ ਕਿਉਂ ਬੋਲਦੇ ਨੇ? ਉਹੀ ਗੱਲ ਹੈ ਨਾ ਜਿਹੜੀ ਤੁਸੀਂ ਗੱਲ ਕਹਿ ਰਹੀ ਹੈ ਕਿ ਮੁੱਦੇ ਹੋਰ ਨੇ। ਚਲੋ ਆਪਾਂ ਗੱਲ ਫਿਰ ਕਿਸਾਨੀ ਦੇ ਉੱਤੇ ਨਾ, ਫਰਸਟ੍ਰੇਸ਼ਨ ਹੁੰਦੀ ਹੈ, ਮੇਰੀ ਤੁਹਾਡੀ ਲਾਗਤ ਹੈਗੀ ਹੈ, ਮੇਰੀ ਤੁਹਾਡੀ ਲਾਗ ਡਾਟ ਹੈਗੀ ਹੈ, ਮੈਂ ਤੁਹਾਨੂੰ ਕਿਤੇ ਨਾ ਕਿਤੇ ਜਾਂਦੇ ਹਾਂ, ਤੁਸੀਂ ਮੇਰੇ ਵੱਲ ਟੇਢਾ ਦੇਖਿਆ ਨਹੀਂ ਤਾਂ ਮੈਂ ਕਹਿੰਦਾ ਚੱਲ ਵੀ ਸ਼ੁਰੂ ਹੋ ਜਾ, ਕੋਈ ਗੱਲ ਨਹੀਂ। ਮਤਲਬ ਕਿਸਾਨ ਉਹ ਨਹੀਂ ਕਰ ਰਹੇ ਨੇ? ਬੇਸਿਕਲੀ ਗੱਲ ਇਹ ਹੈ ਨਾ, ਲੋਕ ਫਰਸਟ੍ਰੇਟ ਹੋਏ ਹੋਏ ਨੇ ਪੰਜਾਬ ਦੇ। ਪੰਜਾਬ ਦੇ ਅੱਜ ਕੱਲ੍ਹ ਜਿਹੜੇ ਹਾਲਾਤ ਹੈ ਨਾ, ਉਹ ਸੁਖਾਵੇਂ ਨਹੀਂ ਹੈਗੇ। ਜੇ ਆਪਾਂ ਕਹੀਏ ਨਾ ਇੱਕ ਪੀਸਫੁੱਲ ਹਾਲਾਤ ਨੇ, ਪੰਜਾਬ ਡਿਵੈਲਪਿੰਗ ਸਟੇਟ ਹੈ, ਨੋ, ਪੰਜਾਬ ਡਾਊਨਵਰਡ ਸਟੇਟ ਹੈ। ਇੱਥੇ ਦੀ ਸਪੋਰਟਸ ਇੰਡਸਟਰੀ ਤੁਸੀਂ ਕਵਰ ਕਰਦੇ ਹੋ, ਸਾਰੀ ਦਾ ਮੇਰਠ ਸ਼ਿਫਟ ਹੋ ਗਈ ਹੈ। ਹੋ ਗਈ ਨਾ, ਕਿਉਂ ਹੋ ਗਈ? ਚਲੋ ਦੱਸੋ, ਇੱਥੇ ਗੜ੍ਹ ਸੀ ਸਪੋਰਟਸ ਇੰਡਸਟਰੀ, ਉਹੀ ਨੇ ਸੁਨੀਲ ਗਵਾਸਕਰ ਤੋਂ ਲੈ ਕੇ ਇੱਥੇ ਮਹਿੰਦਰ ਸਿੰਘ ਇੰਡੀਅਨ ਰਿਚਰਡ ਤੱਕ ਆਪਾਂ ਦੇਖੇ ਹੋਏ, ਇੱਥੇ ਆਉਂਦੇ ਅਸੀਂ ਐਡੀਟੋਰੀਅਲ ਲਿਖਦੇ ਰਹੇ, ਖਬਰਾਂ ਲਿਖਦੇ ਰਹੇ ਕਿ ਆਏ ਹੋਏ ਆ। ਮੈਨੂੰ ਨਹੀਂ ਲੱਗਦਾ ਹੁਣ ਕੋਈ ਪਲੇਅਰ ਆਉਂਦਾ, ਹੁਣ ਸਾਰੇ ਮੇਰਠ ਤੋਂ ਲੈ ਕੇ ਨਿਕਲ ਜਾਂਦੇ ਆ। ਹੁਣ ਤੁਸੀਂ ਦੇਖੋ ਚੱਪਲ ਦੀ ਇੰਡਸਟਰੀ, ਇਕੱਲੇ ਜਲੰਧਰ 'ਚ 500 ਸੀ, ਕਿੰਨੀ ਕੁ ਰਹਿ ਗਈ? ਤੁਸੀਂ ਉਹਨੂੰ ਖਤਮ ਹੋ ਗਈ ਰਬੜ ਇੰਡਸਟਰੀ ਵੀ ਖਤਮ। ਇੱਦਾਂ ਹੀ ਚਾਈਨਾ ਦੇ ਨਾਲ ਅਲੱਗ ਮੁਕਾਬਲਾ ਕਰੇਗਾ ਕੀ ਪੰਜਾਬ? ਮੈਨੂੰ ਦੱਸੋ, ਕਰੇਗਾ ਕੀ ਪੰਜਾਬ? ਪੰਜਾਬ ਕੀ ਕਰੂਗਾ? ਪੰਜਾਬ ਕੋਲ ਤਾਂ ਹੱਲ ਹੀ ਕੋਈ ਨਹੀਂ। ਹੁਣ ਵੀ ਜੋ ਲੱਗ ਰਿਹਾ ਨੇ ਕਿਸਾਨ ਅੰਦੋਲਨ ਕੱਲ੍ਹ ਨੂੰ ਕੂਚ ਕਰਨ ਜਾ ਰਹੇ ਨੇ, ਹਰਿਆਣਾ ਸਰਕਾਰ ਵੀ ਤਿਆਰ ਬੈਠੀ ਹੈ। ਤੁਸੀਂ ਇਹ ਦੇਖੋ, ਹਜੇ ਮੈਂ ਚਲੋ ਫਾਰਮਰ ਦੀ ਗੱਲ ਧਿਆਨ ਨਾ, ਪੰਜਾਬ ਦੇ ਇਕੱਲੇ ਮੁੱਦੇ ਇਹ ਨਹੀਂ ਆ, ਸੈਂਟਰ ਗੌਰਮੈਂਟ ਨਾਲ ਸਾਡੇ ਹੋਰ ਵੀ ਮੁੱਦੇ ਆ। ਸਾਡਾ ਪਾਣੀ ਜਿਹੜਾ SYL ਚੰਡੀਗੜ੍ਹ ਦਾ ਮਸਲਾ, ਚੰਡੀਗੜ੍ਹ ਦਾ ਮਸਲਾ, BBMB ਦਾ ਮਸਲਾ, SYL ਦਾ ਮਸਲਾ, ਹੋਰ ਪੰਜਾਬ ਯੂਨੀਵਰਸਿਟੀ ਦਾ ਮਸਲਾ, 36 ਮਸਲੇ ਹੋਰ ਅੜੇ ਹੋਏ ਨੇ, ਠੀਕ ਹੈ ਨਾ? ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨਾ, ਪੰਜਾਬ ਦੀਆਂ ਕੋਰਿਲੇਟ ਚੀਜ਼ਾਂ। ਫਾਰਮਰ ਵਾਲਾ ਇਸ਼ੂ ਹੈਗਾ ਕਿ ਠੀਕ ਹੈ ਯਾਰ, ਵੈਸੇ ਪੰਜਾਬੀ ਮੰਨੇ ਜਾਂਦੇ ਆ ਕਿ ਅੰਦੋਲਨ ਦੀ ਸ਼ੁਰੂਆਤ ਪੰਜਾਬ ਤੋਂ ਹੁੰਦੀ ਆ, ਲੇਕਿਨ ਗੱਲ ਇਹ ਆ ਕਿ ਜਿਨ੍ਹਾਂ ਲਈ ਅੰਦੋਲਨ ਕਰ ਰਹੇ ਹੋ ਉਹ ਤਾਂ ਘਰ ਸੁੱਤੇ ਪਏ ਨੇ। ਹਨ ਹੁਣ ਤਾਂ ਮੈਂ ਰਕੇਸ਼ ਟਕੈਤ ਦੀ ਇੱਕ ਸਟੇਟਮੈਂਟ ਦੀ ਰੱਖੀ, ਬਿਲਕੁਲ ਉਹ ਪਿਛਲੀ ਵਾਰ ਉਹੀ ਤਾਂ ਸੀਗਾ, ਸਭ ਤੋਂ ਕਹਿੰਦੇ ਇਹ ਆਰੋਪ ਲੱਗ ਰਹੇ ਕਿ ਸਭ ਤੋਂ ਪਹਿਲਾਂ ਉਹੀ ਜਦੋਂ ਇੱਥੋਂ ਅੰਦੋਲਨ ਖਤਮ ਕਰਨਾ ਸੀ ਲਈ ਹੈ ਨਾ, ਜਿਹੜੀਆਂ ਪੰਜਾਬ ਦੀਆਂ ਕਰੋਪਸ ਆ ਉਹਦੇ ਉੱਤੇ ਤਾਂ ਸਰਕਾਰ ਗਰੰਟੀਆਂ ਦਿੰਦੀ ਪਈ ਹੈ, ਉਹਦੇ ਉੱਤੇ ਤਾਂ ਕਹਾਣੀ ਖਤਮ ਹੋ ਚੁੱਕੀ ਹੋਈ ਆ, ਉਹਦਾ ਕਹਿੰਦੇ ਬਈ ਲੈ ਲਓ। ਫਿਰ ਕਿਸਾਨ ਕਿਉਂ ਨਹੀਂ ਸਮਝਦੇ ਪਏ? ਗੱਲ ਤਾਂ ਇਹ ਕਿਸਾਨ ਨਹੀਂ ਹੁੰਦਾ ਜੀ, ਕਿਸਾਨ ਨਹੀਂ ਹੁੰਦਾ। ਮੈਂ ਤੁਹਾਨੂੰ ਦੱਸਿਆ, ਹੁਣ ਪੰਜਾਬ ਦੇ ਨਾ ਜਿਹੜੇ ਸਮੱਸਿਆਵਾਂ, ਜਦੋਂ ਤੁਸੀਂ ਇੱਕ ਸਮੱਸਿਆਵਾਂ 'ਚ ਘਿਰੇ ਰਹੋ, ਫਿਰ ਤੁਹਾਨੂੰ ਲੱਗੇਗਾ ਯਾਰ ਮੈਂ ਤਾਂ ਬਹੁਤ ਦੁਖੀ ਹਾਂ। ਦੁਖੀ ਦੁਖੀ ਸਾਰੇ ਇਕੱਠੇ ਨਿਕਲ ਪੈਂਦੇ, ਚਲੋ ਯਾਰ ਨਿਕਲੀਏ ਸੜਕਾਂ 'ਤੇ, ਖੜ੍ਹੇ ਹੋਈਏ, ਆਪਾਂ ਜਿਹੜਾ ਵਾ ਮੋਰਚਾ ਲਾਈਏ ਸਾਡੇ ਪੰਜਾਬ ਹੁਣ। ਲੇਕਿਨ ਬੇਸਿਕਲੀ ਆ ਸਾਡੀਆਂ ਸਮੱਸਿਆਵਾਂ ਜਿਹੜੀਆਂ, ਸਾਡੀ ਭਾਸ਼ਾ ਦੀ ਸਮੱਸਿਆ ਬੜੀ ਆ, ਪੰਜਾਬੀ ਮਾਂ ਬੋਲੀ ਨੂੰ ਬਚਾਉਣ ਦੀ ਸਮੱਸਿਆ, ਪੰਜਾਬ ਦੀ ਵਿਰਸੇ ਸੰਸਕ੍ਰਿਤੀ ਨੂੰ, ਜਿਹੜੀ ਗੁਰੂਆਂ ਦੀ ਧਰੋਹਰ ਹੈ ਉਹ ਸਾਰੀ ਬਚਾਉਣ ਦੀ ਸਮੱਸਿਆ ਚੱਲਦੀ ਪਈ, ਉਹਨੂੰ ਅਸੀਂ ਜੂਝਦੇ ਹੀ ਪਏ ਹਾਂ। ਅੱਛਾ ਹੁਣ ਜੋ ਦੱਸੋ, ਕੱਲ੍ਹ ਜਿਹੜੇ ਇਹ ਕੂਚ ਕਰਨ ਲੱਗੇ ਨੇ, ਤੁਹਾਨੂੰ ਲੱਗਦਾ ਕਿ ਹੁਣ ਤੱਕ ਜੋ ਰਿਪੋਰਟ ਆ ਰਹੀ ਜਾਂ ਨਜ਼ਰ ਆ ਰਿਹਾ ਕਿ ਕਿਸਾਨਾਂ ਨੂੰ ਨੁਕਸਾਨ ਹੁੰਦਾ ਹੈਗਾ? ਦੇਖੋ ਇਹਦੇ 'ਚ ਤਾਂ ਕੋਈ ਗੱਲ ਨਹੀਂ, ਐਤਕੀ ਜਿਹੜੀ ਹੈ ਕੇਂਦਰ ਸਰਕਾਰ ਵੀ ਬਹੁਤ ਟਾਈਟ ਨਾਲ ਹੈ, ਕਿਉਂਕਿ ਇਲੈਕਸ਼ਨ ਸਿਰ 'ਤੇ ਆ, ਕੋਡ ਲੱਗਣ ਵਾਲਾ ਜੋ ਸੁਣਨ ਨੂੰ ਮਿਲ ਰਿਹਾ ਸੱਤਾ ਦੇ ਗਲਿਆਰਿਆਂ 'ਚ, ਬਿਊਰੋਕ੍ਰੇਸੀ ਬਈ ਕੋਡ ਵੀ ਛੇਤੀ ਲਾ ਰਹੇ ਨੇ। ਲੇਕਿਨ ਅਗਰ ਇਹ ਜਿਹੜਾ ਟਕਰਾਵ ਹੁੰਦਾ ਹੈ ਪੰਜਾਬ ਲਈ, ਹੋਰ ਬੜਾ ਖਤਰਨਾਕ ਤਰੀਕੇ ਦਾ ਹੋਏਗਾ ਟਕਰਾਵ, ਕਿਉਂਕਿ ਪੰਜਾਬ ਦੇ ਜੋ ਮੈਂ ਹਿਸਟਰੀ ਨੂੰ ਪੜ੍ਹਦਾ ਕਿ ਪੰਜਾਬ ਦੀ ਹਮੇਸ਼ਾ ਜਿਹੜੀ ਗਾਥਾ ਰਹੀ ਹੈ ਉਹ ਸੰਘਰਸ਼ ਦੀ, ਟਕਰਾਵ ਦੀ ਅਤੇ ਖੂਨ ਦੀ ਗਾਥਾ ਰਹੀ ਹੈ। ਔਰ ਮੈਂ ਮਤਲਬ ਜਿਹੜਾ ਕਿਸਾਨਾਂ ਦੀ ਇਸ ਚੀਜ਼ ਦਾ ਵੀ
ਜਿਹੜਾ ਵਾ ਹੈਗਾ ਵਾ ਕਿ ਇਹਨੂੰ ਮਿਲ ਜੁਲ ਕੇ ਜਿਹੜੇ ਮਸਲੇ ਹੱਲ ਕਰਨੇ ਚਾਹੀਦੇ ਆ, ਇਹ ਨਾ ਹੋਵੇ ਕਿ ਪੰਜਾਬ ਇੰਨੇ ਸਾਲ ਅੱਗੇ ਸੰਤਾਪ ਭੁੱਗ ਗਿਆ ਕਿ ਪੰਜਾਬ ਦੇ ਹਾਲਾਤ ਦੁਆਰਾ ਖਰਾਬ ਹੋ। ਅੱਛਾ, ਜਿਵੇਂ ਹੁਣ ਕੱਲ੍ਹ ਦੀ ਗੱਲ ਕਰੀਏ, ਟਕਰਾਵ ਨਾਲ ਨੁਕਸਾਨ ਹੋਣ ਦੀ ਗੱਲ ਕੀਤੀ ਜਾ ਰਹੀ ਹੈ, ਦੂਜੇ ਪਾਸੇ ਇੱਕ ਮੁੱਦਾ ਹੋਰ ਵੀ ਆ ਰਿਹਾ ਜਦੋਂ ਉੱਥੇ ਕੂਚ ਕਰਨਗੇ। ਦੇਖੋ ਇੱਕ ਗੱਲ ਹੈ, ਪੰਜਾਬ ਦੇ ਵਿੱਚ ਜਦੋਂ ਵੀ ਗੱਲ ਹੁੰਦੀ ਸਿੱਖੀ ਦੀ ਗੱਲ ਹੁੰਦੀ, ਜਕਾਰੇ ਛੱਡਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ। ਜਦੋਂ ਜਕਾਰਾ ਛੱਡਿਆ ਜਾਂਦਾ ਉਹਨੂੰ ਖਾਲਿਸਤਾਨ ਨਾਲ ਤੋਲ ਦਿੱਤਾ ਜਾਂਦਾ, ਕਿਤੇ ਨਾ ਕਿਤੇ ਲੱਗਦਾ ਨਹੀਂ ਪਿਆ ਕਿ ਇਹ ਵੀ ਇੱਕ ਨੁਕਸਾਨ ਹੋਣ ਦੀ ਗੱਲ ਹੈਗੀ? ਦੇਖੋ ਬਿਲਕੁਲ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈਗਾ ਕਿ ਜਿਹੜੇ ਅੰਦੋਲਨ ਹੁੰਦੇ ਆ ਉਹਨੂੰ ਤਾਰ ਪੀੜੋ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਬੇਸਿਕਲੀ ਜਿਹੜਾ ਅੰਦੋਲਨ ਹੁਣ ਵੀ ਇਹ ਹੈਗਾ ਕਿ ਇਹਨੂੰ ਕਿਸੇ ਨਾ ਕਿਸੇ ਤਰੀਕੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹਨੂੰ ਖਾਲਿਸਤਾਨ ਦੀ ਜਿਹੜੀ ਸੰਗਿਆ ਦਿੱਤੀ ਜਾਵੇ, ਲੇਕਿਨ ਹਜੇ ਤੱਕ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਕੱਟੜਪੰਥੀ ਜਾਂ ਚਰਮਪੰਥੀ ਜਾਂ ਜਿਨ੍ਹਾਂ ਨੂੰ ਆਪਾਂ ਕਹੀਏ ਸੈਪਰੇਸਟ ਇੰਗਲਿਸ਼ 'ਚ ਕਹਿੰਦੇ ਵਰਡ, ਉਹਨਾਂ ਦੀ ਇਨਵੋਲਵਮੈਂਟ ਨਹੀਂ ਹੈਗੀ, ਕਿਉਂਕਿ ਹਾਲੇ ਤੱਕ ਤਾਂ ਨਹੀਂ, ਹਾਲੇ ਤੱਕ ਨਹੀਂ ਹੈ ਨਾ। ਇਸੇ ਕਰਕੇ ਜਿਹੜੀ ਹਜੇ ਜਿਹੜੀ ਚੱਲ ਰਹੀ ਹੈ ਗੱਲ ਇਹ ਚੱਲ ਰਹੀ ਹੈ ਕਿ 23 ਜਿਹੜੀਆਂ ਫਸਲਾਂ 'ਤੇ ਤੁਸੀਂ MSP ਦਿੱਤੀ ਉਹਦੀ ਗਰੰਟੀ ਦੇ ਦਿਓ। ਪਰ ਸੋਸ਼ਲ ਮੀਡੀਆ 'ਤੇ ਗੱਲ ਜ਼ਰੂਰ ਉੱਠ ਰਹੀ ਹੈ ਕਿ ਖਾਲਿਸਤਾਨ ਦਾ ਹੈ, ਜੇ ਜੈਕਾਰਾ ਲਾ ਦਿੰਦੇ ਉਹਨੂੰ ਹੋਰ ਤਰੀਕੇ ਜੋੜ ਦਿੱਤਾ ਜਾਂਦਾ। ਨਹੀਂ ਹੁੰਦਾ ਜੀ, ਇਹ ਨਹੀਂ ਗੱਲਾਂ ਹੁੰਦੀਆਂ। ਇਹ ਤਾਂ ਜੈਕਾਰੇ ਜਿਹੜੇ ਆ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਵੀ ਲਗਾਉਂਦੇ, ਆਪ ਗੁਰਦੁਆਰਾ ਸਾਹਿਬ ਜਾਂਦੇ, ਮੰਗਲਾ ਸਾਹਿਬ ਜਾਂਦੇ ਨੇ, ਉਹਨਾਂ ਦੇ ਤਾਂ ਤੁਸੀਂ ਲਗਾਤਾਰ ਵੀਡੀਓ ਦੇਖਦੇ। ਇੱਦਾਂ ਦੀ ਗੱਲ ਨਹੀਂ ਹੈਗੀ, ਲੇਕਿਨ ਗੱਲ ਹੈਗੀ ਆ ਕਿ ਪੰਜਾਬ ਦੇ ਜਿਹੜੇ ਨਾ, ਪੰਜਾਬ ਦਾ ਜਿਹੜਾ ਪੁਰਾਣੇ ਟਾਈਮ ਤੋਂ ਉੱਤੋਂ ਚੱਲਿਆ ਆ ਰਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਦੇਖ ਲਓ ਸ਼ਹਾਦਤ ਹੋਈ, ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ, ਸ਼ਹਾਦਤਾਂ ਦੀ ਜਿਹੜੀ ਗਾਥਾ ਨਾ ਬੜੀ ਲੰਬੀ ਚੌੜੀ ਹੈ ਪੰਜਾਬ ਦੀ, ਔਰ ਟੈਰਰਿਜ਼ਮ ਦਾ ਸੰਤਾਪ ਭੁੱਕਿਆ, 25,000 ਲੋਕ ਵੀ ਮਰੇ, ਫੇਕ ਐਨਕਾਊਂਟਰ ਵੀ ਕੀਤੇ ਗਏ, ਨਜਾਇਜ਼ ਸਿੱਖ ਵੀ ਮਾਰੇ ਗਏ, ਤੁਹਾਡੇ ਸਾਹਮਣੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਵੀ ਮਾਰ ਦਿੱਤੇ ਗਏ ਪੁਲਿਸ ਕਸਟਡੀ ਦੇ ਵਿੱਚ, ਜੋ ਤੁਹਾਡੇ ਸਾਹਮਣੇ ਰਿਪੋਰਟ ਨਸ਼ਰ ਹੋ ਰਹੀ ਆ। ਸੋ ਕਹਿਣ ਦਾ ਮਤਲਬ, ਪੰਜਾਬ ਦਾ ਇਤਿਹਾਸ ਬਹੁਤ ਜ਼ਿਆਦਾ ਖੂਨ ਨਾਲ ਭਰਿਆ ਹੋਇਆ, ਔਰ ਮੇਰੀ ਵੀ ਹੁਣ ਹਜੇ ਜਿਹੜੀ ਮੈਂ ਸੋਚਦਾ ਪਿਆ ਕਿ ਲੋਕਾਂ ਨੂੰ ਵੀ ਅਪੀਲ ਹੈ, ਕਿਸਾਨਾਂ ਨੂੰ ਵੀ ਹੈ ਕਿ ਇਹਦਾ ਮਿਲ ਜੁਲ ਕੇ ਸਮਾਧਾਨ ਕਰੀਏ। ਟਕਰਾਅ ਵਾਲੀ ਰਾਜਨੀਤੀ ਵਿੱਚ ਪੰਜਾਬ ਦੇ ਨੌਜਵਾਨ ਜੋਸ਼ੀਲੇ ਨੇ, ਮੁੜ ਕੇ ਇਹ ਨਾ ਹੋਵੇ ਕਿ ਪੰਜਾਬ ਜਿਹੜਾ ਫਿਰ ਬਲਦਾ ਬਣ ਜਾਏ। ਤੁਹਾਡਾ ਵੀ 25-30 ਸਾਲ ਦਾ ਪੱਤਰਕਾਰਤਾ ਦਾ ਐਕਸਪੀਰੀਅੰਸ ਹੈ, ਕਿਸਾਨ ਅੰਦੋਲਨ ਵੀ ਕਈ ਦੇਖੇ ਨੇ, ਤੁਸੀਂ ਕੀ ਰਾਏ ਦੇਣਾ ਚਾਹੁੰਦੇ ਹੋ ਕਿਸਾਨਾਂ ਨੂੰ? ਦੇਖੋ ਮੈਂ ਇਹ ਕਹਿਣਾ ਚਾਹੁੰਦਾ, ਜਿਹੜਾ ਪੰਜਾਬ ਦੀ ਫਸਲਾਂ ਦੇ ਉੱਤੇ MSP ਦੀ ਗਰੰਟੀ ਮਿਲ ਰਹੀ ਹੈ, ਮੱਕੀ ਹੈ, ਕਪਾਹ ਹੈ, ਤੁਸੀਂ ਗੰਨੇ 'ਤੇ ਵੀ ਨਾਲ ਗਰੰਟੀ ਕਰਾ ਲਓ। ਵੈਸੇ ਤਾਂ ਗੰਨੇ 'ਤੇ ਤਾਂ ਗਰੰਟੀ ਹੈ ਕਿਉਂਕਿ ਸੂਬਾ ਸਰਕਾਰ ਉਹਨੂੰ ਕੰਟਰੋਲ ਕਰਦੀ ਹੈ ਸਹਿਕਾਰੀ ਮਿੱਲਾਂ ਨੂੰ। ਤੁਸੀਂ ਇਹ ਜਿਹੜੀ ਹੋਰ ਕੋਈ ਫਸਲ ਤੁਸੀਂ ਉਗਾਉਣਾ ਚਾਹੁੰਦੇ ਹੋ ਪੰਜਾਬ ਦੇ ਵਿੱਚ, ਤੁਹਾਨੂੰ ਲੱਗਦਾ ਕਿ ਇਹ ਫਸਲ ਅਸੀਂ ਹੋਰ ਉਗਾ ਸਕਦੇ ਹਾਂ, ਉਹਦੀ ਗਰੰਟੀ ਲੈ ਲਓ, ਇੱਕ ਦੋ ਫਸਲਾਂ ਹੋਰ ਐਡ ਕਰਾ ਲਓ। ਲੇਕਿਨ ਅਗਰ ਆਪਾਂ ਕਹੀਏ ਕਿ ਪੂਰੇ ਦੇਸ਼ ਦੇ ਵਿੱਚ ਤੁਸੀਂ 23 ਫਸਲਾਂ 'ਤੇ MSP ਲਾਗੂ ਕਰਵਾ ਦਿਓ, ਉਹਦੀ ਗਰੰਟੀ ਕਰਾ ਦਿਓ, ਫਿਰ ਤਾਂ ਯਾਰ ਕੋਈ ਬਾਜਰਾ ਉਗਾਊਗਾ, ਕੋਈ ਰਾਗੀ ਉਗਾਊਗਾ, ਕੋਈ ਕੁਛ ਉਗਾਊਗਾ, ਸਰਕਾਰ ਨੂੰ ਕਹੂਗਾ ਚੱਕੋ ਮੈਨੂੰ ਪੈਸੇ ਦਿਓ। ਸਰਕਾਰ ਕਿੱਥੋਂ ਇੰਨਾ ਇਨਫਰਾਸਟ੍ਰਕਚਰ ਲਿਆਊਗੀ, ਤੁਸੀਂ ਮੈਨੂੰ ਦੱਸੋ? ਸਰਕਾਰ ਕੋਲ ਤਾਂ ਅੱਗੇ ਜਿਹੜੀ ਕਣਕ ਖਰੀਦਦੇ, ਝੋਨਾ ਖਰੀਦਦੇ, ਬਾਹਰ ਤੁਹਾਡੇ ਸਾਹਮਣੇ ਪਿਆ ਰਹਿੰਦਾ। ਕਈ ਵਾਰ ਤੁਹਾਡੇ ਸਾਹਮਣੇ ਕਣਕ ਤੁਸੀਂ ਆਪ ਬਾਈਪਾਸ ਤੋਂ ਜਾਂਦੇ ਦੇਖਦੇ ਹੋ, ਪਾਣੀ ਨਾਲ ਭਿੱਜੀ ਹੁੰਦੀ ਕਣਕ। ਸੋ ਕਹਿਣ ਦਾ ਮਤਲਬ, ਸਰਕਾਰ ਕੀ ਕਰੇਗੀ, ਕਿੱਥੋਂ ਇੰਨਾ ਇਨਫਰਾਸਟ੍ਰਕਚਰ ਤਿਆਰ ਕਰੇਗੀ, ਕਿੱਥੋਂ ਇੰਨੇ ਲੋਕ ਲਿਆਏਗੀ, ਕਿੱਦਾਂ ਇਹਨੂੰ ਅੱਗੇ ਜਿਹੜਾ ਵਾ ਲੈ ਕੇ ਜਾਏਗੀ? ਮੈਨੂੰ ਨਹੀਂ ਲੱਗਦਾ ਕਿ ਸਰਕਾਰ ਜਿਹੜਾ ਵਾ ਇੰਨਾ 40,00,000 ਕਰੋੜ ਰੁਪਏ ਦਾ ਇੱਕਦਮ ਜਿਹੜਾ ਕਿੱਥੋਂ ਸਰਕਾਰ ਕਰੇਗੀ। ਫਿਰ ਅੱਗੋਂ ਹਜੇ ਕੋਈ ਉਹਦੀ ਪੋਲਿਸੀ ਨਹੀਂ ਕਿੱਦਾਂ ਚਲਾਉਣੀ ਆ, 23 ਫਸਲਾਂ ਦੇ ਉੱਤੇ ਗਰੰਟੀ ਦੇ ਕੇ ਸਰਕਾਰ ਤਾਂ ਆਪ ਫਸ ਜਾਏਗੀ। ਥੈਂਕ ਯੂ ਜੀ। ਤੁਸੀਂ ਦੇਖਿਆ ਕਿ ਸੀਨੀਅਰ ਪੱਤਰਕਾਰ ਸੁਰਿੰਦਰਪਾਲ ਜੀ ਦਾ ਕਹਿਣਾ ਹੈ ਕਿ ਜਿਹੜੀ ਗਰੰਟੀ, ਜਿਹੜੀਆਂ ਫਸਲਾਂ 'ਤੇ ਗਰੰਟੀ ਦਿੱਤੀ ਹੈ ਉਹ ਪੰਜਾਬ ਦੀਆਂ ਫਸਲਾਂ ਨੇ, ਕਿਸਾਨਾਂ ਨੂੰ ਉਹਦੇ 'ਤੇ ਸੋਚਣਾ ਚਾਹੀਦਾ, ਵਿਚਾਰ ਕਰਨਾ ਚਾਹੀਦਾ। ਅਗਰ ਉਹ ਇਸ 'ਤੇ ਵਿਚਾਰ ਨਹੀਂ ਕਰਦੇ, ਦਿੱਲੀ ਵੱਲ ਕੂਚ ਕਰਦੇ ਨੇ, ਕਿਤੇ ਨਾ ਕਿਤੇ ਕਿਸਾਨਾਂ ਦਾ ਅਤੇ ਪੰਜਾਬ ਦਾ ਨੁਕਸਾਨ ਜ਼ਰੂਰ ਹੋਏਗਾ। ਕੈਮਰਾਮੈਨ ਪ੍ਰਥਮ ਦੇ ਨਾਲ ਪਰਮਜੀਤ ਸਿੰਘ ਰੰਗਪੁਰੀ, ਵਾਇਸ ਆਫ ਪੰਜਾਬ, ਜਲੰਧਰ।